ਕੈਨੇ ਸੱਜਣੋਂ ਨਾਈਟ ਕਿੰਗ ਨਾਈਟ ਕਿੰਗ ਹੋਈ ਪਈ ਐ ਗ੍ਰੀਡ ਵੈਂਟਸ ਬਾਈ 1 ਆਫ ਦੀ ਬੈਸਟ ਹੈ ਹਨਾ ਬਾਵੇ ਬੰਦਾਲਾ ਵਾਲੇ ਬੁੜੀ ਵਾਲੇ ਜਦੋਂ ਮਰਜੀ ਲਾ ਲਓ ਸਮਰ ਲਾ ਲਓ ਵਿੰਟਰ ਲਾ ਲਓ ਇਹਨੂੰ ਇਹ ਆਲ ਰਾਊਂਡਰ ਹੈ ਜਗਰਾਜ ਸਿੰਘ ਆ ਇਹ ਇੰਡੀਆ ڪرਕਟ ਟੀਮ ਦਾ ਇਹ ਮੇਰਾ ਬਸ ਦੋ ਲਾਸਟ ਆਪਣੀਆਂ ਬੋਤਲਾਂ ਰਹਿ ਗਈਆਂ ਨੇ 50 ਐਮਐਲ ਦੀਆਂ ਤੇ ਉਹ ਚੋ ਵੀ ਬਾਈ ਨੇ ਅੱਜ ਨੇ ਇੱਕ ਆਰਡਰ ਕਰ ਲਈ ਇਕਲਾਟ ਰਹਿ ਗਈ ਉਹਦੇ ਲਈ ਆ ਪਾਊਡਰ ਬਣਾਉਣੇ ਆ ਤੋਂ ਚਲੋ ਆਪਾਂ ਸਟਾਰਟ ਕਰਦੇ ਆ ਤੋਂ ਚਲਿਏ ਦੋਸਤੋ ਆਪਾਂ ਸਭ ਤੋਂ ਪਹਿਲਾਂ ਕੰਡਾ ਕਰਦੇ ਆ ਆਉਣ ਉਸ ਤੇ ਰੱਖਦੇ ਆ ਕੀਪ ਕੀਪ ਆ ਗਈ ਜ਼ੀਰੋ ਤੇ ਤੇ ਹੁਣ ਆਪਾਂ ਪਾਉਣਿਆ ਪਹਿਲਾ ਆਪਦਾ ਮਸਾਲਾ ਮਸਾਲਾ ਆਪਾਂ ਪਾਵਾਂਗੇ ਬੱਦ ਤੋਂ ਬੱਦ ਠੀਕ ਆ ਹਾਈ ਕਨਸੈਂਟ੍ਰੇਸ਼ਨ ਵਾਲਾ ਤਾਂ ਕਿ ਲੌਂਗ ਲਾਸਟਿੰਗ ਚ ਕੋਈ ਬੰਦੇ ਨੂੰ ਦਿੱਕਤ ਨਾ ਆਵੇ ਜਿਹੜਾ ਬੰਦੇ ਦਾ ਆਪਣਾ ਪਰਫਿਊਮ ਲਵੇ ਉਹਨੂੰ ਪਤਾ ਲੱਗੇ ਹਾਂ ਯਾਰ ਵੀ ਚਾਰ ਬੰਦੇ ਤੇ ਲਾਇਆ ਹਨਾ ਵੀ ਜਿੱਥੋਂ ਨੰਗੇ ਸਮੈਲ ਪਿੱਛੇ ਛੱਡ ਕੇ ਜਾਵੇ ਚੀਜ਼ ਠੀਕ ਹੈ ਸੋ ਨੂੰ ਇਹਦੇ ਵਿੱਚ ਇੱਕ ਇੱਕ ਕੈਮੀਕਲ ਦਾ ਜਾਂਦਾ ਪਤਾ ਲੱਗੂ ਠੀਕ ਹੈ ਪਹਿਲਾਂ ਤਾਂ ਇਹਨੂੰ ਆਪਾਂ ਪਾ ਲਈਏ ਕਾਲੇ ਨੂੰ ਬਾਅਦ ਚ ਮੈਂ ਮੈਂ ਠੀਕ ਕਰੂੰਗਾ ਹੁਣ ਤੁਸੀਂ ਆਹ ਜਾਂਦਾ ਦੇਖਿਓ ਥੋੜਾ ਜਿਹਾ ਘਟ ਗਿਆ ਠੀਕ ਹੈ ਹਰ ਜੀ ਦੀ ਆਪਦੀ ਇੱਕ ਵੱਖਰੀ ਪਛਾਣ ਛੱਡ ਕੇ ਜਾਊਗੀ ਲੌਂਗ ਲਾਸਟਿੰਗ ਲਈ ਆਪਾਂ ਆਹ ਪਾ ਦਨੇ ਆ ਠੀਕ ਹੈ ਇੰਨਾ ਗਾੜਾ ਵੀ ਇੱਕ ਦੁੱਧ ਦੇ ਵਿੱਚ ਜਾਂਦੇ ਇਹਨਾਂ ਨੂੰ ਪਤਾ ਦੱਸਦੇ ਆ ਵੀ ਹਾਂ ਯਾਰ ਅਸੀਂ ਆਹ ਥੋੜਾ ਬਾਵਾਗੇ ਤੇ ਥੋੜਾ ਜਿਹਾ ਘਾਤਕ ਗਿਆ ਮੀ ਗੱਲ ਠੀਕ ਹੈ ਡਿਫਰੈਂਟ ਡਿਫਰੈਂਸ ਤੁਹਾਨੂੰ ਦਿਖਦਾ ਹੋਊਗਾ। ਉਸ ਤੋਂ ਬਾਅਦ ਚੋਂ ਆਪਣਾ ਮਿਕਸ ਜਿਹੜਾ ਪ੍ਰੀਮਿਕਸ ਜਿਹੜਾ ਆਪਾਂ ਪਹਿਲਾਂ ਹੀ ਕਰਿਆ ਹੋਇਆ ਮਿਕਸ ਵਿੱਚ ਆਪਾਂ ਪਾ ਦਨੇ ਆ ਦੇ ਵਿੱਚ ਜਿਹੜਾ ਕੀ ਹਰ ਚੀਜ਼ ਨਾਲ ਜਾਂਦੇ ਜਾਂਦੇ ਦੇਖ ਲਓ। ਹੈਨਾ ਤੁਹਾਨੂੰ ਦਿਖਦਾ ਹੀ ਹੋਊਗਾ। ਆਪਾਂ ਥੋੜਾ ਹੋਰ ਨੇੜੇ ਕਰ ਲੈਨੇ ਆ। ਵੀ ਇੱਕ ਦੂਜੇ ਨਾਲ ਕਿਵੇਂ ਮਿਕਸ ਹੁੰਦੇ ਆ। ਆ ਥੱਲੇ ਪਿਆ ਆ ਉੱਤੇ ਰਹੂਗਾ। ਠੀਕ ਹੈ। ਇਹਦੇ ਤੇ ਆਪਾਂ ਲੌਂਗ ਲਾਸਟਿੰਗ ਹੋਰ ਵਧਾ ਦਨੇ ਆ। ਤਾਂ ਕਿ ਪਰਫਾਰਮ ਕੈਟਾਗਰੀ ਵੱਲ ਜਾ ਵੜੇ ਇਹ। ਠੀਕ ਹੈ ਥੋੜਾ ਜਿਹਾ ਪਏ ਤੇ ਥਾਂ ਛੱਡਾਂਗੇ ਤਾਂ ਕਿ ਆਕਸੀਜਨ ਨੂੰ ਸਾਹ ਮਿਲੇ ਵੀ ਇਹ ਮਿਕਸ ਚੰਗੀ ਤਰ੍ਹਾਂ ਹੋ ਜੇ ਹੁਣ ਤੁਸੀਂ ਆਪ ਦੇਖ ਲਓ ਇਹਨੂੰ ਆ ਪਿਆਗਾ ਜਿਹੜਾ ਪਹਿਲਾਂ ਮਟੀਰੀਅਲ ਪਾਇਆ ਸੀ ਫਿਰ ਫਿਰ ਆਪਾਂ ਵਿਚਾਲੇ ਜਿਹੜਾ ਮਟੀਰੀਅਲ ਪਾਇਆ ਸੀ ਫਿਰ ਆਪਣਾ ਜਿਹੜਾ ਮਟੀਰੀਅਲ ਹੁਣ ਉੱਤੇ ਸਾਰੇ ਤਿੰਨੇ ਡਿਫਰੈਂਟ ਆ ਪਰ ਤੁਹਾਨੂੰ ਕੈਮਰੇ 'ਚ ਸ਼ਾਨਾ ਨਾ ਦਿਖਦੇ ਹੁਣ ਪਰ ਮੈਨੂੰ ਅੱਖਾਂ ਨਾਲ ਜ਼ਰੂਰ ਦਿਖ ਰਹੇ ਨੇ ਹੁਣ ਆਪਾਂ ਇਹਨੂੰ ਮਿਕਸ ਕਰਾਂਗੇ ਤੇ ਇਹਨੂੰ ਆਪਾਂ ਕੇਰਾ ਕਰ ਦਾਂਗੇ ਤਿਆਰ ਤੇ ਬਾਈ ਕੋਲੇ ਜਾਂਦਾ ਜਾਂਦਾ ਇਹ ਹੋ ਜਾਊਗਾ ਰੈਡੀ ਹੈਨਾ ਸਾ ਤੇਗਰੰਤ ਨੂੰ ਚਾਹੀਦੇ ਹੁੰਦੇ ਆ ਵੀ ਤਾਂ ਕਿ ਪ੍ਰੋਪਰ ਮਿਕਸ ਹੋਵੇ ਹੁਣ ਜਿਹੜੀ ਇਹ ਚ ਸਮੈਲ ਆਉਗੀ ਹਨਾ ਹੁਣ ਜਿਹੜੀ ਇਹ ਚ ਫ੍ਰੈਗਰੈਂਸ ਆਉਗੀ ਤੇ 30 ਦਿਨਾਂ ਬਾਅਦ ਜਿਹੜੀ ਇਹ ਚ ਫ੍ਰੈਗਰੈਂਸ ਆਉਗੀ ਉਹ ਤੇ ਜ਼ਮੀਨਾਂ ਆਸਮਾਨ ਦਾ ਫਰਕ ਤਰੂਗਾ ਤੇ ਇਹ ਲੌਂਗ ਲਾਸਟ ਵੀ ਹੋਰ ਬੜੀ ਵਧੀ ਜਾਊਗਾ ਦਾਰੂ ਵਾਂਗੂ ਤੇ ਇਹ ਆਪ ਦੀ ਸਮੈਲ ਵੀ ਬਿਹਤਰੀਨ ਕਰੀ ਜਾਊਗਾ ਤੇ ਇਹਦੀ ਸ਼ੈਲਫ ਲਾਈਫ ਹੈਗੀ 1.5 ਸਾਲ ਤੋਂ 2 ਸਾਲ ਦੇ ਵਿੱਚ ਵਿੱਚ ਪਰ 30 ਦਿਨਾਂ ਦੇ ਵਿੱਚ ਇਹ ਪ੍ਰੋਪਰ ਮਿਕਸ ਹੋ ਜੂ ਤੀ ਆਪ ਦੇਖ ਲੋ ਜੇ ਬੁਲਬੁਲੇ ਤਾਂ ਉੱਠ ਜਾਂਦੇ ਆ ਹਨਾ ਇਹ ਕੈਮੀਕਲ ਨੇ ਜਿਹੜੇ ਕਿ ਹੌਲੀ ਹੌਲੀ ਮਿਕਸ ਹੋਣਗੇ ਸੋ ਸੋ ਹੁਣ ਆਪਾਂ ਚੈੱਕ ਕਰਾਂਗੇ ਤਾਂ ਫੁਹਾਰਾ ਵੀ ਪ੍ਰੈਸ਼ਰ ਆਪਟੀਮਾਈਜ਼ਰ ਹੈ ਨਾ ਥੋੜਾ ਆਪਾਂ ਦੇਸੀ ਚਲਦੇ ਆ ਕਿਉਂਕਿ ਆਪਾਂ ਨੂੰ ਇੰਗਲਿਸ਼ ਨਾਲ ਆਪਣੀ ਕੋਈ ਏਦਾ ਬੜਾ ਮੋਹ ਪਿਆਰ ਹੈ ਨਹੀਂਗਾ ਸੋ ਫੁਹਾਰਾ ਇਹਦਾ ਸਹੀ ਹੈ ਆਪਟੀਮਾਈਜ਼ਰ ਸਹੀ ਹੈ ਤੇ ਇਹਨੂੰ ਆਪਾਂ ਹੁਣ ਰੱਖ ਦਾਂਗੇ ਤਾਂ ਕਿ ਮੈਚੁਰ ਹੋ ਜੇ ਠੀਕ ਹੈ ਮੈਜੋਰਟੀ ਟਾਈਮ ਇਹਦਾ 30 ਦਿਨਾਂ ਤੇ ਹੁਣ ਵੀ ਇਹਦਾ ਆਪਾਂ ਦੂਜਾ ਆਰਡਰ ਬਣਾਵਾਂਗੇ ਤੇ ਇਹ ਆਪਾਂ ਵੀਡੀਓ ਇੱਥੇ ਹੀ ਖਤਮ ਕਰਦੇ ਹਾਂ ਤੁਸੀਂ ਜੀ ਆਰਡਰ ਕਰਨਾ ਤਾਂ 709327 ਤੇ ਆਰਡਰ ਆਪ ਦਾ ਪਲੇਸ ਕਰੋ ਆਪਣੇ ਕੋਲੇ ਗਰੀਡ ਵੈਂਟਸ ਲਾਸਟ ਰਹੇਗਾ ਪਰ ਔਨ ਦੀ ਸਟਾਕ ਹੈਗਾਗਾ ਹਨਾ ਔਨ ਦੀ ਵੇਵ ਆ ਰਿਹਾਗਾ ਇਸ ਤੋਂ ਬਾਅਦ ਚ ਆਪਾਂ 10 ਹੋਰ ਐਡ ਕਰਨੇ ਆ 6 ਆਪਣੇ ਕੋਲੇ ਆਲਰੇਡੀ ਹੈਗੇ ਆ ਇੱਕ ਅਦਰ ਵੀ ਹੈ ਇੱਕ ਨਵਾਂ ਸਰਪ੍ਰਾਈਜ਼ ਵੀ ਹੈ ਤੁਹਾਡੇ ਲਈ ਤੇ ਸਾਰਾ ਕੁਝ ਔਨ ਦੀ ਵੇ ਆ ਤੁਸੀਂ ਫੋਲੋ ਕਰ ਲਓ ਸਬਸਕ੍ਰਾਈਬ ਕਰ ਲਓ ਤੇ ਰਿਵਿਊ ਦੇਖ ਕੇ ਜਰੂਰ ਆਰਡਰ ਕਰਿਓ ਹਨਾ ਪਹਿਲਾ ਤੁਸੀਂ ਟਰਸਟ ਬਣਾਉ ਉਹ ਆਪਦਾ ਫਿਰ ਤੁਸੀਂ ਆਰਡਰ ਕਰੋ ਕੋਈ ਚੱਕਰ ਨਹੀਂ ਆਪਾਂ ਨੂੰ ਆਪਣੇ ਵੀਰ ਭਰਾ ਬਹੁਤ ਸਾਦ ਦਿੰਦੇ ਨੇ ਤੇ ਥੈਂਕ ਯੂ ਤੁਹਾਡਾ ਉਹ ਸੱਚ ਅਖੀਲੀ ਗੱਲ ਤਾਂ ਕਹਿ ਦਿੱਤੀ ਫੋਲੋ ਕਰ ਲਓ ਸ਼ੇਅਰ ਕਰ ਲਓ ਹਨਾ ਸੋਨੂੰ ਸੇਮ ਕੁਆਲਿਟੀ ਬਿਹਤਰੀਨ ਪਰਫਿਊਮ ਆਪਾਂ ਘੱਟ ਰੇਟ ਤੇ ਦਿੰਨੇ ਆ ਜਾਇਜ਼ ਰੇਟ ਤੇ ਹਨਾ ਵੀ ਆਪਣਾ ਜੈਦ ਰਿਹਾ ਤੇ ਆਪਣੀ ਕਮਿਊਨਿਟੀ ਨੂੰ ਇੱਕ ਲਗਜ਼ਰੀ ਟੱਚ ਆਪਾਂ ਪਰਫਿਊਮ ਪ੍ਰੋਵਾਈਡ ਕਰਦੇ ਆ ਠੀਕ ਆ ਆਪਣੀ ਕੰਪਨੀ ਦਾ ਨਾਮ ਹੈ ਸਵਰਨ ਸੰ ਜੋ ਕਿ ਮੇਰੇ ਫਾਦਰ ਦਾ ਨਾਮ ਹੈ ਤੇ ਸਬਸਕ੍ਰਾਈਬ ਕਰ ਲਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤੇ ਮੈਂ ਨੰਬਰ ਥੱਲੇ ਦੇ ਦੇਣਾ ਜੇ ਕਿਸੇ ਨੇ ਆਰਡਰ ਕਰਨਾ ਤੇ ਤੁਸੀਂ ਆਰਡਰ ਕਰ ਸਕਦੇ ਹੋ